ਸਰ ਇੱਕ ਹਜ਼ਾਰੀਆ ਦੇ ਵਿੱਚ 3254 ਦਾ ਸਾਈਜ਼ ਹੈਗਾ ਜੀ, ਪ੍ਰੀਮੀਅਮ ਕੁਆਲਿਟੀ ਦਾ ਮਾਲ ਹੈਗਾ ਜੀ। ਇਹਦੇ ਵਿੱਚ ਕਾਫੀ ਕਲਰ ਮਿਲ ਜਾਣਗੇ ਆਪਣੇ ਕੋਲ 3254 ਦੇ ਸਾਈਜ਼ ਵਿੱਚ। ਇਹਦੇ ਵਿੱਚ ਇੱਕ ਲਾਈਟ ਕਲਰ ਹੈਗਾ ਜੀ ਮਾਰਬਲ ਸ਼ੇਡ 'ਚ, ਪਲੱਸ ਇਹਦੇ ਵਿੱਚ ਇੱਕ ਕਲਰ ਮਿਲ ਜਾਏਗਾ ਐਵਰੀ ਸ਼ੇਡ 'ਚ ਆ ਜਾਂਦਾ ਜੀ। ਜੇ ਕਿਸੇ ਨੂੰ ਵਾਈਟ ਪਸੰਦ ਹੈਗਾ ਵਾਈਟ ਕਲਰ ਵੀ ਲਗਾ ਸਕਦੇ ਆ ਵਾਈਟ ਕਲਰ ਦੇ ਵਿੱਚ। ਇਹ ਵੀ ਪੂਰਾ ਮਾਰਬਲ ਸ਼ੇਡ ਦੇ ਵਿੱਚ ਹੈਗਾ ਸਤਵਾਰੀ ਕਲਰ। ਇੱਕ ਕਲਰ ਇਹ ਮਿਲ ਜਾਏਗਾ ਐਵਰੀ ਸ਼ੋਟ 'ਚ, ਪਲੱਸ ਇੱਕ ਕਲਰ ਇਹ ਮਿਲ ਜਾਏਗਾ ਇਹ ਵੀ ਐਵਰੀ ਕਲਰ ਹੋਏਗਾ। ਤਕਰੀਬਨ ਬਸ ਇਹਨਾਂ ਦਾ ਥੋੜ੍ਹਾ ਜਿਹਾ ਕਿ ਡਿਜ਼ਾਇਨਿੰਗ ਦਾ ਥੋੜ੍ਹਾ ਡਿਫਰੈਂਸ ਹੋਏਗਾ, ਬਾਕੀ ਕਲਰ ਤਕਰੀਬਨ ਆਲਮੋਸਟ ਸੇਮ ਹੀ ਹੈਗਾ ਜੀ। ਅਗਰ ਕਿਸੇ ਨੇ ਗ੍ਰੇ ਕਲਰ ਲਗਾਉਣਾ ਚਾਹੁੰਦੇ ਗ੍ਰੇ ਕਲਰ ਦੇ ਵਿੱਚ ਇਹ ਕਲਰ ਮਿਲ ਜਾਏਗਾ। ਡਾਰਕ ਗ੍ਰੇ ਕਲਰ ਹੈਗਾ ਜੀ, ਅਗਰ ਲਾਈਟ ਕਿਸੇ ਨੇ ਲਗਾਉਣਾ ਚਾਹੁੰਦਾ ਲਾਈਟ ਕਲਰ ਆ ਜਾਂਦਾ ਜੀ, ਲਾਈਟ ਗ੍ਰੇ ਕਲਰ। ਸਾਰਾ ਮਾਲ ਕਜ਼ਾਰੀਆ ਦਾ ਹੈਗਾ ਜੀ, ਸਾਈਜ਼ ਆਪਣਾ ਜੀ 3264 ਹੈ ਜੀ। ਕਲਰ ਤੁਸੀਂ ਦੇਖ ਸਕਦੇ ਹੋ ਜੀ, ਅਲੱਗ ਅਲੱਗ ਕਲਰ
ਡਿਸਪਲੇ ਹੋਏ ਆ ਜੀ, ਜਿੰਨੇ ਵੀ ਸਾਰੇ ਕਲਰ ਡਿਸਪਲੇ ਹੋਏ ਸਾਰੇ ਕਜ਼ਾਰੀਆ ਦੇ ਹੈਗੇ ਜੀ। ਪ੍ਰੀਮੀਅਮ ਕੁਆਲਿਟੀ ਦਾ ਮਾਲ ਹੈ ਜੀ, ਕੋਈ ਸੈਕਿੰਡ ਕੁਆਲਿਟੀ ਨਹੀਂ, ਸਾਰਾ ਫਸਟ ਕੁਆਲਿਟੀ ਦਾ ਮਾਲ ਮਿਲੇਗਾ ਜੀ। ਕਜ਼ਾਰੀਆ ਗਲੈਕਸੀ ਸ਼ੋਰੂਮ ਖਾਲਸਾ ਪਾਈਪ ਐਂਡ ਸੈਂਟਰੀ ਸਟੋਰ ਰਹੀ ਆ, ਬਹੁਤ ਹੀ ਜੈਨੂਅਨ ਡੇਟ 'ਚ ਕਲਰ ਤੁਸੀਂ ਕੋਈ ਵੀ ਲੈ ਆਓ ਸਰ, ਉਹਦਾ ਰੇਟ ਤੁਹਾਨੂੰ ਤਕਰੀਬਨ ਸਾਰਿਆਂ ਦਾ ਸੇਮ ਹੀ ਮਿਲਣਾ ਹੈਗਾ ਜੀ। ਇੱਦਾਂ ਨਹੀਂ ਹੈਗਾ ਕਿ ਕਿਸੇ ਦਾ ਲਾਈਟ ਦਾ ਰੇਟ ਜ਼ਿਆਦਾ ਹੈ ਜਾਂ ਡਾਰਕ ਦਾ ਕਲਰ ਦਾ ਰੇਟ ਜ਼ਿਆਦਾ ਹੈ, ਰੇਟ ਸਾਰਿਆਂ ਦਾ ਡਿਜ਼ਾਇਨਿੰਗ ਦਾ ਸੇਮ ਹੀ ਹੋਏਗਾ। ਇਹਦੇ ਵਿੱਚ ਕਿਸੇ ਨੂੰ ਬਲੈਕ ਕਲਰ ਚਾਹੀਦਾ, ਬਲੈਕ ਕਲਰ ਵੀ ਮਿਲ ਜਾਏਗਾ, ਬਲੈਕ ਦੇ ਵਿੱਚ ਚੱਲ ਗਿਆ ਜੀ, ਬਲੈਕ ਸ਼ੇਡ 'ਚ। ਇਹਦੇ ਵਿੱਚ ਆਪਣੇ ਕੋਲ ਦੋ ਕਲਰ ਪਏ ਬਲੈਕ ਕਲਰ 'ਚ ਡਿਜ਼ਾਇਨ, ਪਲੱਸ ਇੱਕ ਇਹ ਡਿਜ਼ਾਇਨ ਪਿਆ ਜੀ ਬਲੈਕ ਕਲਰ 'ਚ। ਜੇ ਕਿਸੇ ਨੂੰ ਬਲੈਕ ਕਲਰ ਪਸੰਦ ਹੈ ਤਾਂ ਬਲੈਕ ਫਲੋਰਿੰਗ ਵੀ ਲਗਾ ਸਕਦਾ ਜੀ। ਕਜ਼ਾਰੀਆ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਡਿਜ਼ਾਇਨ ਤਕਰੀਬਨ ਆਲਮੋਸਟ ਜੇ ਹੈਗਾ ਜੀ, ਲਾਈਟ ਕਲਰ ਕਾਫੀ ਸੇਲ ਹੈਗੀ ਇਹਦੀ, ਅਤੇ ਪਲੱਸ ਇਹ ਵਾਲਾ ਡਿਜ਼ਾਇਨ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ। ਜੇ ਕਿਸੇ ਨੇ ਆਪਣੇ ਘਰ ਦਾ ਫਲੋਰਿੰਗ ਐਵਰੀ ਸ਼ੇਡ 'ਚ ਕਰੀਮ ਕਲਰ 'ਚ ਕਰਾਉਣਾ ਚਾਹੁੰਦੇ ਆ, ਤਾਂ ਆਹ ਕਲਰ ਉਹਨਾਂ ਲਈ ਬਹੁਤ ਬੈਸਟ ਹੈਗਾ ਜੀ, ਕਾਫੀ ਡਿਮਾਂਡ ਹੈਗੀ ਇਹਦੀ, ਕਾਫੀ ਸੇਲ ਹੋਣ ਵਾਲਾ ਕਲਰ ਹੈਗਾ ਜੀ। ਵਾਈਟ ਦੇ ਕਲਰ ਵਿੱਚ ਸਾਡੇ ਕੋਲ ਕਾਫੀ ਆਪਸ਼ਨ ਹੈਗੀ ਹੈ, ਵਾਈਟ ਫਲੋਰਿੰਗ ਦੇ ਵਿੱਚ ਇੱਕ ਕਲਰ ਹੈ ਜੀ, ਵਾਈਟ ਦੇ ਆਪਸ਼ਨ ਵਿੱਚ ਇੱਕ ਡਿਜ਼ਾਇਨ ਆ ਸਰ ਮਿਲ ਜਾਏਗਾ ਵਾਈਟ ਦੇ ਵਿੱਚ, ਇੱਕ ਇਹ ਡਿਜ਼ਾਇਨ ਮਿਲ ਜਾਏਗਾ ਵਾਈਟ ਦੇ ਵਿੱਚ, ਪਲੱਸ ਇਹਦੇ ਵਿੱਚ ਇੱਕ ਦੋ ਡਿਜ਼ਾਇਨ ਹੋਰ ਮਿਲ ਜਾਣਗੇ।